ਪੁਲਿਸ ਵੱਲੋਂ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦੇ ਸੰਬੰਧ ਵਿੱਚ ਸ਼ਬਨਦੀਪ ਸਿੰਘ ਦੇ ਉਹਦੇ ਸਾਥੀ ਗੁਰਸੇਵਕ ਸਿੰਘ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਆ। ਪਟਿਆਲਾ ਵਿਖੇ ਦੀਵਾਲੀ ਤੋਂ ਪਹਿਲਾਂ ਅੱਤਵਾਦੀ ਹਮਲਾ ਕਰਨ ਦੀ ਸਾਜ਼ਿਸ਼ ਨੂੰ ਪਟਿਆਲਾ ਪੁਲਿਸ ਨੇ ਬੇਨਕਾਬ ਕਰ ਦਿੱਤਾ ਹੈ। SSP ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸ਼ਬਨਦੀਪ ਸਿੰਘ ਦੇ ਉਹਦੇ ਸਾਥੀ ਗੁਰਸੇਵਕ ਸਿੰਘ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਸ਼ਬਨਦੀਪ ਸਿੰਘ ਨੂੰ ਪਟਿਆਲਾ ਵਿੱਚ ਧਮਾਕਾ ਕਰਨ ਲਈ 10 ਲੱਖ ਰੁਪਏ ਦਿੱਤੇ ਗਏ ਸਨ। ਉਹਨਾਂ ਦੱਸਿਆ ਕਿ ਸ਼ਬਨਦੀਪ ਸਿੰਘ ਪਹਿਲਾਂ ਵੀ 3 ਵਾਰਦਾਤਾਂ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਅਤੇ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪਾਲ ਸਿੰਘ ਦੇ ਸੰਪਰਕ ਵਿੱਚ ਆਇਆ ਹੋਇਆ। ਇੰਟੈਲੀਜੈਂਸ ਪੰਜਾਬ ਵੱਲੋਂ ਦਿੱਤੀ ਗਈ ਇੱਕ ਅਹਿਮ ਜਾਣਕਾਰੀ ਦੇ ਬੇਸ 'ਤੇ ਉਹ ਇਨਫੋਰਮੇਸ਼ਨ ਨੂੰ ਡਿਵੈਲਪ ਕਰਦਿਆਂ ਹੋਇਆਂ ਅਸੀਂ ਇੱਕ ਸ਼ਬਨਮਦੀਪ ਨਾਂ ਦਾ ਲੜਕਾ ਜਿਹਨੂੰ ਗ੍ਰਿਫਤਾਰ ਕੀਤਾ। ਉਹਦੇ ਪਾਏ ਹੋਏ ਪਿੱਠੂ ਬੈਗ ਦੇ ਵਿੱਚੋਂ ਉਹਦੇ ਸਾਨੂੰ ਇੱਕ ਗ੍ਰਨੇਡ, ਖਾਲਿਸਤਾਨ ਜਿਹੜੇ ਗਦਰ ਫੋਰਸ ਅਤੇ ਉਹਦੇ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਉਹਦੇ 'ਚ ਲੈਟਰ ਹੈੱਡ ਮਿਲੇ ਅਤੇ ਇੱਕ ਪਿਸਟਲ ਅਤੇ ਉਹਦੇ 'ਚ ਉਹਦੇ ਨਾਲ ਅਮਨੀਸ਼ਨ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਕਾਮਯਾਬ ਹੋਏ। ਉਸ ਦਿਨ ਉਹਦਾ ਪਟਿਆਲੇ ਟਾਰਗੇਟ ਜਿਹੜਾ ਪੁੱਛਗਿੱਛ ਦੇ ਵਿੱਚ ਸਾਰੀ ਗੱਲ ਇਹ ਆਈ ਹੈ ਪਾਕਿਸਤਾਨ ਬੇਸਡ ਹੈਂਡਲਰਸ ਵੱਲੋਂ ਜਿਹੜੇ ISI ਓਪਰੇਟਡ ਹੈ ਉਹਨਾਂ ਵੱਲੋਂ ਇਸ 'ਤੇ ਪ੍ਰੈਸ਼ਰ ਸੀ ਵੀ ਦੀਵਾਲੀ ਤੋਂ ਪਹਿਲਾਂ ਇੱਕ ਵੱਡੀ ਵਾਰਦਾਤ ਕਤਲੋਗਾਰਦ ਕਰਨਾ ਸੀ। ਉਹ ਕਤਲੋਗਾਰਦ ਕਰਨ ਤੋਂ ਬਾਅਦ ਇਹਨੂੰ 10 ਲੱਖ ਰੁਪਇਆ ਇਹਨੂੰ ਐਜ ਏ ਰਿਵਾਰਡ ਦੇ ਤੌਰ 'ਤੇ ਮਿਲਣਾ ਸੀ। ਉਸੇ ਉਹ ਕਿਉਂਕਿ ਇਹਨੂੰ ਪਹਿਲਾਂ ਇਹਦੇ ਸ਼ਬਨਮਦੀਪ ਨੂੰ ਇਹਦੀ ਸਿਸਟਰ ਦੇ ਅਕਾਊਂਟ 'ਚ 50,000 ਰੁਪਇਆ ਅਤੇ 25,000 ਅਤੇ 25,000 ਇਹਨੂੰ ਵੈਸਟਰਨ ਯੂਨੀਅਨ ਰਾਹੀਂ ਸਮਾਣੇ ਇਹਨੇ ਇਹਨੂੰ ਕੈਸ਼ ਇਹਨੇ ਕਰਾਇਆ। ਉਹਦੇ ਵਿੱਚੋਂ ਇੱਕ ਇਹਨੇ ਮੋਟਰਸਾਈਕਲ ਖਰੀਦਿਆ ਵਾਰਦਾਤ ਕਰਨ ਲਈ ਅਤੇ ਇੱਕ ਨਵਾਂ ਮੋਬਾਈਲ ਫੋਨ ਖਰੀਦਿਆ ਜਿਹਦੇ ਨਾਲ ਉਹ ਅੱਗੇ ਇਨ ਟੱਚ ਹੁੰਦਾ ਸੀ, ਇੰਸਟਰਕਸ਼ਨ ਲੈਂਦਾ ਸੀ। ਅਤੇ ਇਹ ਕੁਛ ਦਿਨ ਪਹਿਲਾਂ ਖੰਨੇ ਤੋਂ ਦਰਾਹੇ ਵਿਖੇ ਜਿਹੜਾ ਉਹਨੂੰ ਸਾਹਨੇ ਵਾਲ ਥਾਣਾ ਬੇਸਿਕਲੀ ਕਹਿੰਦਾ ਉਹਦੇ ਵਿੱਚ ਉਸੇ ਏਰੀਏ ਦੇ ਵਿੱਚੋਂ ਇਹਨਾਂ ਨੂੰ ਇੱਕ ਇਹਦੇ ਮੋਬਾਈਲ 'ਤੇ ਇੱਕ ਨਕਸ਼ਾ ਭੇਜਿਆ ਗਿਆ ਵੀ ਇਹ ਨਕਸ਼ਾ ਜਾ ਕੇ ਉੱਥੋਂ ਤੂੰ ਨਕਸ਼ਾ ਦਿਖਦਾ ਹੋਇਆ ਉੱਥੋਂ ਆਪਦਾ ਜਿਹੜਾ ਤੈਨੂੰ ਗ੍ਰਨੇਡ ਮਿਲੂਗਾ ਜਿਹੜਾ ਉਹ ਬਲਾਸਟ ਕਰਨ ਲਈ ਅਤੇ ਉਹ ਚੱਕ ਕੇ ਲਿਆਈ। ਉਹ ਪੱਟ ਕੇ ਇਹਨੇ ਥੋੜ੍ਹਾ ਜਿਹਾ ਪੱਟਿਆ ਕੋਈ 6-7 ਇੰਚ ਪੱਟ ਕੇ ਅਤੇ ਉਹਦੇ ਵਿਚਾਲੇ 2 ਪਿੱਲਰ ਦੇ ਵਿਚਾਲੇ ਉਹ ਗ੍ਰਨੇਡ ਉੱਥੋਂ ਲਿਆਂਦਾ। ਉਹ ਲਿਆ ਕੇ ਉਸ ਦਿਨ ਇਹਦੇ 'ਚ ਬੇਸਿਕਲੀ ਇਹਦਾ ਦੂਜਾ ਸਾਥੀ ਗੁਰਸੇਵਕ ਜਿਹੜਾ ਇਹਨੂੰ ਮਿਲ ਨਹੀਂ ਰਿਹਾ ਸੀ, ਇਹਨਾਂ ਨੇ ਰਲ ਕੇ ਵਾਰਦਾਤ ਕਰਨੀ ਸੀ ਪਰ ਇਹਨੂੰ ਇਹਦੇ 'ਤੇ ਪ੍ਰੈਸ਼ਰ ਇਹ ਪੈ ਗਿਆ ਵੀ ਜਲਦੀ ਲੈ ਕੇ ਆਓ ਵਾਰਦਾਤ ਕਰੋ ਤਾਂ ਕਿ ਛੇਤੀ ਉਹਦੇ 'ਚ ਉਹਨੂੰ ਤੈਨੂੰ ਰਿਵਾਰਡ ਮਨੀ ਮਿਲੂਗੀ। ਫਿਰ ਇਹਨੇ ਉਸੇ ਗੱਲ ਦੇ ਵਿੱਚ ਇਹ ਆ ਕੇ ਇਹਨੇ ਵਾਰਦਾਤ ਦੀ ਪਲਾਨ ਕੀਤੀ ਅਤੇ ਉਸ ਦਿਨ ਸਾਨੂੰ ਇਹ ਕਾਮਯਾਬੀ ਮਿਲੀ ਵੀ ਅਸੀਂ ਕਿਉਂਕਿ ਅਸੀਂ ਉਹਦੇ 'ਚ 31 ਨੂੰ ਸਾਡਾ ਮੁਕੱਦਮਾ ਪਹਿਲਾਂ ਦਰਜ ਕਰਕੇ 1 ਨੂੰ ਸਾਨੂੰ ਪਤਾ ਸੀ ਵੀ ਇੱਥੇ ਕੋਈ ਇੰਸੀਡੈਂਟ ਕਰਨ ਦੀ ਤਿਆਰੀ ਦੇ ਵਿੱਚ ਇਹੋ ਜਿਹੀ ਪਲੈਨਿੰਗ ਚੱਲ ਰਹੀ ਹੈ ਅਤੇ ਪਰ ਕਿਉਂਕਿ ਬਹੁਤ ਸਾਰੇ ਨਾਕੇ ਲਾਏ ਹੋਏ ਸੀ, ਇੱਕ ਨਾਕੇ ਦੇ ਵਿੱਚ ਜਦੋਂ ਦੇਖ ਕੇ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨੂੰ ਪੁੱਛਾ ਕਰਕੇ ਇਹਨੂੰ ਫੜਿਆ ਅਤੇ ਇਹਦੇ ਤੋਂ ਇਹ ਸਾਰੀ ਰਿਕਵਰੀ ਹੋਈ ਹੈ। ਇਹ ਸਾਰਾ ਜਿੰਨਾ ਇਹ ਨਿਕਲਿਆ ਇਹਦੇ ਤੋਂ ਜਿਹੜਾ ਉਹਦੇ 'ਚ ਇਹਨੂੰ ਕਹਿ ਲਈਏ ਜਵੇਦ ਖਾਨ ਜਿਹੜਾ ਇਹਦੇ ਤੋਂ ਪਹਿਲਾਂ ਜਿਹੜਾ ਇਹਨੇ 2020 ਸਿੱਖ ਫੋਰ ਜਸਟਿਸ ਵਾਲਾ ਉਹਦੇ ਉਹ ਲਾਈਕ ਕੀਤਾ, ਫਿਰ ਜਵੇਦ ਖਾਨ ਨੇ ਇਹਦੇ ਨਾਲ ਇਨ ਟੱਚ ਹੋਇਆ ਸੋਸ਼ਲ ਮੀਡੀਆ ਰਾਹੀਂ, ਉਹਦੇ ਵਿੱਚੋਂ ਉਹਨੂੰ ਕਿਹਾ ਵੀ ਜੇ ਤੁਸੀਂ ਇਹਦੇ 'ਚ ਕੁਛ ਕਰਨਾ ਚਾਹੁੰਦੇ ਹੋ ਤਾਂ ਫਿਰ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਅਤੇ ਤੁਸੀਂ ਕੁਛ ਕਰੋ। ਫਿਰ ਬੇਗ ਸਾਹਿਬ ਸਨੀ, ਫਿਰ ਅੱਗੇ ਨਿਹਾਲ ਸਿੰਘ ਜਿਹੜਾ ਸਿੱਖ ਫੋਰ ਜਸਟਿਸ ਵਾਲਾ ਉਹਦੇ ਨਾਲ ਤਾਲਮੇਲ ਹੋਇਆ। ਇਹਦੇ ਵਿੱਚ ਇਹਨੂੰ ਗੋਪਾਲ ਸਿੰਘ ਜਿਹੜਾ ਚਾਵਲਾ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦਾ ਮੈਂਬਰ ਵੀ ਹੈ ਉਹ ਜਾਂ ਪਹਿਲਾਂ ਸਾਬਕਾ ਪ੍ਰਧਾਨ ਵੀ ਰਿਹਾ, ਉਹਨੇ ਇਹਨੂੰ ਉੱਥੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਲਾਈਵ ਉਹਦੇ ਦਰਸ਼ਨ ਸੋਸ਼ਲ ਮੀਡੀਆ ਰਾਹੀਂ ਕਰਾਏ ਵੀ ਤੈਨੂੰ ਮੈਂ ਦਰਸ਼ਨ ਕਰਾਉਣਾ ਤਾਂ ਕਿ ਤੂੰ ਆਪਦੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾਏ। ਅਤੇ ਬੇਸਿਕ ਇਹਨਾਂ ਦਾ ਜਿਹੜਾ ਪਰਪਸ ਇਹ ਸੀ ਇਹਨੂੰ ਇਹ ਹੁਣ ਇਸ ਗੱਲ ਦਾ ਇਹਨੂੰ ਇਸ ਗੱਲ 'ਤੇ ਪਛਤਾਵਾ ਹੋ ਰਿਹਾ ਵੀ ਜਦੋਂ ਮੈਂ ਜੇ ਗ੍ਰਨੇਡ ਇੱਥੇ ਸਿੱਟਣਾ ਸੀ ਗ੍ਰਨੇਡ ਨੇ ਕੋਈ ਹੋਰ ਨਹੀਂ ਦੇਖਣ ਵਿੱਚ ਇਹਨੂੰ ਇਹ ਜਦੋਂ ਪੁੱਛਿਆ ਗਿਆ ਵੀ ਇਹ ਗ੍ਰਨੇਡ ਨੇ ਸਿੱਖ ਵੀ ਹੋ ਸਕਣਾ ਸੀ ਵਿੱਚ ਜਿਹੜੀ ਕੋਈ ਉਹਦੇ 'ਚ ਨੁਕਸਾਨ ਹੁੰਦਾ ਜਾਨੀ ਨੁਕਸਾਨ ਹੁੰਦਾ, ਮੁਸਲਿਮ ਵੀ ਹੋ ਸਕਦਾ ਸੀ ਹਿੰਦੂ ਵੀ ਹੋ ਸਕਦਾ ਸੀ, ਇਹ ਕਹਿੰਦਾ ਮੈਂ ਇੰਨੀ ਸਮਝ ਦੇ ਵਿੱਚ ਨਹੀਂ ਆਇਆ, ਮੈਂ ਸਿਰਫ ਉਹ ਲਾਲਚ ਦੇ ਵਿੱਚ ਆ ਕੇ ਗਰੀਬੀ ਕਾਰਨ ਅਤੇ ਮੈਨੂੰ ਇਹਨੇ ਧਾਰਮਿਕ ਭਾਵਨਾ ਨੂੰ ਇਹ ਭੜਕਾ ਕੇ ਕਿਹਾ ਵੀ ਤੂੰ ਇੱਕ ਕਰੇਂਗਾ ਤਾਂ ਤੈਨੂੰ ਬੜੀ ਕਾਮਯਾਬੀ ਮਿਲੂ ਅਤੇ ਤੂੰ ਹੀ ਕੌਮ ਦਾ ਹੀਰੋ ਦੇ ਤੌਰ 'ਤੇ ਹੋਊਗਾ। ਪਰ ਇਸ ਗੱਲ ਦਾ ਇਹਨੂੰ ਪਛਤਾਵਾ ਹੈ ਕਿਉਂਕਿ
ਜਦੋਂ ਇਹਦੇ ਨਾਲ ਇਹ ਗੱਲ ਕੀਤੀ ਵੀ ਧਰਮ ਕੋਈ ਵੀ ਕਤਲੋ ਗਾਰਦ ਲਈ ਨਹੀਂ ਕਹਿੰਦਾ ਗਾ, ਮਾਸੂਮਾਂ ਨੂੰ ਮਾਰਨ ਲਈ ਨਹੀਂ ਕਹਿੰਦਾ, ਅਤੇ ਉਸ ਗੱਲ ਦਾ ਪਛਤਾਵਾ ਹੈ। ਬੇਸਿਕਲੀ ਇਹ ਸਾਰੀ ਗੱਲ 'ਚੋਂ ਇਹ ਆਇਆ ਵੀ ਪਾਕਿਸਤਾਨ ਬੈਠੇ ਲੋਕ ISI ਵੱਲੋਂ ਇਸ ਢੰਗ ਦਾ ਧਾਰਮਿਕ ਭਾਵਨਾ ਨੂੰ ਯੂਥ ਨੂੰ ਉਹਨੂੰ ਜਗਾ ਕੇ ਉਹਨੂੰ ਇਮੋਸ਼ਨਲੀ ਆਪਦੇ ਜਕੜ ਦੇ ਸੋਸ਼ਲ ਮੀਡੀਆ ਰਾਹੀਂ ਉਹਨੂੰ ਇਨ ਟੱਚ ਕਰਕੇ ਪੈਸੇ ਦਾ ਲਾਲਚ ਦੇ ਕੇ ਉਹ ਪੰਜਾਬ ਦੇ ਵਿੱਚ ਹਮੇਸ਼ਾ ਗੜਬੜ ਕਰਾਉਣ ਦੀ ਕੋਸ਼ਿਸ਼। ਸੋਸ਼ਲ ਮੀਡੀਆ ਦੀ ਗੱਲ ਕਰੋ, ਸੋਸ਼ਲ ਮੀਡੀਆ ਦੇ ਨਾਮ ਹੋਰ ਵੀ ਬੰਦੇ ਆਪਣੇ ਅੰਦਰ ਕਿਤੇ ਹੋਣੇ ਜੀ? ਦੇਖੋ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਹੁਣ ਤੱਕ ਸਾਡੇ ਕੋਲ ਆਇਆ, ਇਹਨੇ ਦੱਸਿਆ ਵੀ ਇੱਕ ਗਰੁੱਪ ਨੇ ਇਹਨੂੰ ਜੁਆਇਨ ਕੀਤਾ, ਜਿਹੜੇ ਅੱਗੇ ਇੱਕ ਗਰੁੱਪ ਨੇ ਕੋਈ ਅੰਮ੍ਰਿਤਸਰ ਵਾਰਦਾਤ ਵੀ ਕੀਤੀ ਸੀ, ਉਹਨਾਂ ਨੇ ਉਹਦੀ ਵੀਡੀਓ ਇਹਨੂੰ ਦਿਖਾਈਆਂ ਵੀ ਆਹ ਵੀਡੀਓ ਦੇਖ ਅਸੀਂ ਵਾਰਦਾਤ ਕੀਤੀ ਹੈ, ਅਸੀਂ ਵੀ ਸਿੱਖ ਫੋਰ ਜਸਟਿਸ ਦੇ ਨਾਲ ਹੈ, ਤੁਸੀਂ ਵੀ ਇਹ ਵਾਰਦਾਤ ਕਰੋ। ਇਹਨੇ ਜਿਹੜੀਆਂ ਦੋ ਜਿਹੜੀਆਂ ਵਾਰਦਾਤਾਂ ਉਹ ਜਿਹੜੀਆਂ ਕੀਤੀਆਂ, ਇੱਕ ਤਾਂ ਹੈਮੂ ਮਾਜਰਾ ਕੈਥਲ ਦੇ ਵਿੱਚ ਇੱਕ ਭੱਠੇ ਦੀ ਬਿਲਡਿੰਗ ਨੂੰ ਜਲਾ ਕੇ ਇਹਨੇ ਪਹਿਲਾਂ ਵੀਡੀਓ ਭੇਜੀ, ਜਿਹੜੀ ਉਹ ਭੱਠੇ ਦੀ ਬਿਲਡਿੰਗ ਜਲਾਈ ਨਹੀਂ ਉਹਨੂੰ ਕਹਿ ਸਕਦੇ ਹਾਂ, ਸਿਰਫ ਇਹ ਉਹ ਅਬੰਡਡ ਪਈ ਬਿਲਡਿੰਗ ਨੂੰ ਇਹ ਕਹਿ ਕੇ ਮੈਂ ਸਕੂਲ ਦੀ ਬਿਲਡਿੰਗ ਸਾੜਤੀ। ਦੂਜਾ ਇਹਨੇ ਇਹਦੇ 'ਚੋਂ ਪੱਟੀਆਂ ਜਿਹੜਾ ਕੈਥਲ ਦੇ ਵਿੱਚ ਹੈ ਉਹਦੇ ਵਿੱਚ ਉਹਨੇ ਭੱਠੇ ਦੀ ਬਿਲਡਿੰਗ ਨੂੰ ਕਹਿਤਾ, ਇੱਕ ਹਿਮੂ ਮਾਜਰਾ ਉਹਦੇ ਵਿੱਚ ਇਹਨੇ ਕਹਿਤਾ ਵੀ ਮੈਂ ਠੇਕੇ ਦੀ ਬਿਲਡਿੰਗ ਹੈ ਜਿਹੜੀ ਉਹ ਜਲਾਈ। ਅਤੇ ਇਹਨੇ ਤਿੰਨ ਵੀਡੀਓਜ਼ ਇਵੇਂ ਭੇਜੀਆਂ ਵੀ ਮੈਂ ਵਾਰਦਾਤ ਕਰਤੀ, ਜਿਸ ਦੇ ਰਿਵਾਰਡ ਵਿੱਚ ਇਹਨੂੰ ਪੈਸੇ ਮਿਲੇ। ਉਹਨਾਂ ਨੇ ਕਿਹਾ ਹੁਣ ਵੱਡਾ ਕੰਮ ਕਰੇਗਾ ਤਾਂ ਤੈਨੂੰ ਹੋਰ ਵੀ ਰਿਵਾਰਡ ਮਿਲੂਗਾ, 10 ਲੱਖ ਰੁਪਇਆ। ਉਹਨਾਂ ਨੇ ਗ੍ਰਨੇਡ ਦਿੱਤਾ ਗਿਆ ਸੀਗਾ, ਕਿੱਥੋਂ ਦਾ ਮੇਕ ਸੀ, ਕਿੰਨਾ ਨੁਕਸਾਨ ਕਰ ਦਿੱਤਾ? ਗ੍ਰਨੇਡ ਜੇ ਭੀੜ ਭੜੱਕੇ ਵਾਲੇ ਦੇ ਕਰੋ ਤਾਂ ਇਹਦੀ ਗਿਣਤੀ ਐਗਜੈਕਟ ਨਹੀਂ ਦੱਸ ਸਕਦੇ, ਪਰ ਇਹਦੇ ਵਿੱਚ ਇਹਨੂੰ ਕਹਿਣਾ ਬਹੁਤ ਵੱਡਾ ਜਾਨੀ ਨੁਕਸਾਨ ਹੋਣਾ ਸੀਗਾ ਜੇ ਭੀੜ ਭੜੱਕੇ ਵਾਲੇ ਉਹਦੇ ਜਿੱਥੋਂ ਇਹਦਾ ਟਾਰਗੇਟ ਸੀ ਬੱਸ ਸਟੈਂਡ ਪਟਿਆਲੇ ਵਿਖੇ ਇਹਨੇ ਵਾਰਦਾਤ ਕਰ ਲਈ ਉਸ ਦੇ ਨਾਲ। ਨਹੀਂ ਨਹੀਂ, ਜਿੱਥੋਂ ਦਾ ਬੇਸਿਕਲੀ ਅਸਲ ਦੇ ਵਿੱਚ ISI ਵੱਲੋਂ ਵਾਰ ਵਾਰ ਉਹੋ ਜਿਹੇ ਬੰਦੇ ਚੂਜ਼ ਕਰਨ ਦੀ ਜਿਹੜੇ ਇਹਨੂੰ ਜਿਹਨਾਂ ਦਾ ਰਿਲੀਜੀਅਸ ਜਿਹੜੀ ਧਾਰਮਿਕ ਭਾਵਨਾ ਨੂੰ ਜਿੱਥੋਂ ਦਾ ਉਹਨਾਂ ਨੂੰ ਮਿਲ ਜੇ, ਕੋਈ ਪਟਿਆਲਾ ਸਪੈਸੀਫਿਕ ਨਹੀਂ ਸੀ ਪਟਿਆਲੇ ਕਰਨਾ, ਪਰ ਬੇਸਿਕਲੀ ਉਹਨਾਂ ਦਾ ਇਹ ਸੀ ਵੀ ਜਿੱਥੋਂ ਦਾ ਬੰਦਾ ਮਿਲ ਜੇ ਉਹਨੂੰ ਇਸ ਢੰਗ ਨਾਲ ਕਰਕੇ ਵੀ ਤੂੰ ਬੜਾ ਧਾਰਮਿਕ ਕੰਮ ਕਰਦਾ, ਜਿਹਦਾ ਕਿ ਹੁਣ ਇਹਨੂੰ ਪਛਤਾਵਾ, ਇਸ ਗੱਲ ਦਾ ਪਛਤਾਵਾ ਵੀ ਜੇ ਮੈਂ ਗ੍ਰਨੇਡ ਸਿੱਟ ਦਿੰਦਾ ਪਤਾ ਨਹੀਂ ਕਿੰਨੇ ਸਿੱਖ ਮਰਦੇ, ਕਿੰਨੇ ਹਿੰਦੂ ਮਰਦੇ, ਕਿੰਨੇ ਮੁਸਲਿਮ ਮਰਦੇ ਉਹਦੇ ਵਿੱਚ ਮਰਦਾ, ਅਤੇ ਹੁਣ ਇਸ ਗੱਲ ਦਾ ਪਛਤਾਵਾ, ਪਰ ਉਹਨਾਂ ਨੂੰ ਧਾਰਮਿਕ ਭਾਵਨਾ ਅਤੇ ਪੈਸੇ ਦਾ ਲਾਲਚ ਦੇ ਕੇ ਇਹ ਕ੍ਰਾਈਮ ਕਰਾਉਣ ਦੀ। ਉਹਦੀ ਸਿੱਧੂ ਸਾਹਿਬ ਜਿਸ ਤਰ੍ਹਾਂ ਕੁਛ ਲੋਕ ਨੇ ਜਿਹਨਾਂ ਦੇ ਨਾਮ ਵਿੱਚ ਆਏ ਨੇ ਜਿਹੜੇ ਪਾਕਿਸਤਾਨ ਬੈਠੇ ਨੇ, ਉਹਨਾਂ ਦੇ ਖਿਲਾਫ ਹੁਣ ਕਿਸ ਤਰ੍ਹਾਂ? ਨਹੀਂ, ਇਹ ਤਫਤੀਸ਼ ਹੈ ਜੀ, ਇਹਦੇ 'ਚ ਬਹੁਤ ਸਾਰੇ ਪੱਖ ਹੈ ਜਿਹੜੇ ਹਜੇ ਤੁਹਾਡੇ ਨਾਲ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ। ਅਸੀਂ ਰੈਗੂਲਰ ਇੰਟੈਲੀਜੈਂਸ ਵਿਭਾਗ ਤੋਂ ਕਿ ਇਨੀਸ਼ੀਅਲ ਜਿਹੜੀ ਸਾਨੂੰ ਫੀਡਬੈਕ ਹੈ ਇੰਟੈਲੀਜੈਂਸ ਵਿਭਾਗ ਵੱਲੋਂ ਦਿੱਤਾ ਸੀ ਉਹਨੂੰ ਡਿਵੈਲਪ ਕਰਦੇ ਹਾਂ, ਇਹ ਕਹਿ ਸਕਦੇ ਹਾਂ ਅਸੀਂ ਪਟਿਆਲਾ ਪੁਲਿਸ ਦੀ ਚੌਕਸੀ ਦੇ ਕਾਰਨ ਇੱਕ ਬੜੀ ਵੱਡੀ ਇੰਟੈਲੀਜੈਂਸ ਵੱਲ ਦਿੱਤੀ ਇਨਪੁੱਟ ਨੂੰ, ਅਸੀਂ ਇੱਕ ਵੱਡੀ ਵਾਰਦਾਤ ਰੋਕਣ ਦੇ ਵਿੱਚ ਕਾਮਯਾਬ। ਦੇਖੋ ਜੀ, ਪੁੱਛ ਗਿੱਛ ਦਾ ਮਾਮਲਾ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਆ ਗਈਆਂ, ਜਿਵੇਂ ਗੂਲੇ ਵਿਖੇ ਇਹਨਾਂ ਨੇ ਜਿਹੜੇ ਛਪਾਏ ਜਿਹੜੇ ਲੈਟਰ ਪੈਡ ਛਪਾਏ ਇਹਦੇ 'ਚ ਜਿਹੜੇ ਆਹ ਹੈਗੇ ਆ ਜਿਹੜੇ ਆ ਲੋਗੋਜ਼ ਜਾਂ ਸਟਿੱਕਰਜ਼ ਹੈ ਇਹ ਛਪਾਏ ਖਾਲਿਸਤਾਨ ਗਦਰ ਫੋਰਸ ਦਾ ਨਾਂ ਦੀ ਜਥੇਬੰਦੀ ਬਣਾ ਕੇ, ਇਵੇਂ ਪੁੱਛ ਕੇ ਇਸਦਾ ਮਾਮਲਾ। ਅਸੀਂ ਆਪਦੇ ਵੱਲੋਂ ਵੱਧ ਤੋਂ ਵੱਧ ਇਹਦੇ 'ਤੇ ਕੋਸ਼ਿਸ਼ ਕਰਾਂਗੇ ਕਿ ਕੀ ਇਹਦੇ ਨਾਲ ਹੋਰ ਕਿਹੜੇ ਬੰਦੇ ਸੰਬੰਧਿਤ ਹੈ ਜਾਂ ਹੋਰ ਹੈ, ਇਹਦੇ ਤੋਂ ਵੱਖ ਵੱਖ ਬੜੇ ਸੀਨੀਅਰ ਲੈਵਲ 'ਤੇ ਇਹਦੇ ਤੋਂ ਪੁੱਛਗਿੱਛ ਕੀਤੀ। ਲੈਟਰ ਪੈਡ ਇਹਨੇ ਪਹਿਲਾਂ ਵਿੱਚੋਂ ਯੂਜ਼ ਵੀ ਕਰ ਚੁੱਕੇ ਆ, ਕੋਈ ਧਮਕੀ ਪੱਤਰ ਵੀ ਖਾਲਿਸਤਾਨ ਉਹਦੇ 'ਚੋਂ ਇਹਨਾਂ ਨੇ ਲਿਖੇ ਆ, ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਕਿੱਥੇ ਇਹਨੇ ਉਹ ਯੂਜ਼ ਕੀਤੇ ਆ। ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।